ਲੋਕੀ ਕਮੈਂਟ ਕਰ ਰਹੇ ਕਿ ਵੀ ਨਕਲੀ ਕਿਸਾਨ ਆ ਕੇ ਬੈਠ ਗਏ ਇਹਦੇ ਵਿੱਚ। ਅਸੀਂ ਗ੍ਰਹਿ ਪਾਰਟੀ ਦੇ ਬੰਦੇ ਆ, ਗ੍ਰਹਿ ਪਾਰਟੀ ਜਿੱਥੇ ਖੜ ਗਈ ਆ ਉੱਥੋਂ ਹਾਰ ਕੇ ਨਹੀਂ ਆਏ, ਅਸੀਂ ਇੱਥੋਂ ਜਿੱਤ ਕੇ ਨਿਕਲਾਂਗੇ। ਭਗਵੰਤ ਮਾਨ ਤੇ ਤੂੰ ਆਹ ਕੰਮ ਨਾ ਕੀਤਾ ਤੇਰੀਆਂ ਜੜਾਂ ਪੁੱਟ ਦਾਂਗੇ। ਇਹ ਜੇ ਨਾ ਇਹ ਮੰਨੀ ਮੰਗ ਮੰਗੀ ਇਹ ਧਰਨਾ ਵਧੂਗਾ। ਇਹ ਗ੍ਰਹਿ ਪਾਰਟੀ ਜਿਹੜੀ ਹੈ, ਜਦੋਂ ਗ੍ਰਹਿ ਪਾਰਟੀ ਜਿੱਥੇ ਆ ਗਈ ਉਹ ਧਰਨਾ ਚੱਲੂਗਾ। ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਹਾਈ ਕੋਰਟ ਵੱਲੋਂ ਇਹ ਧਰਨੇ ਨੂੰ ਚੁਕਾਇਆ ਗਿਆ। ਦਿੱਲੀ ਜ਼ਿਆਦਾ ਦੂਰ ਸੀ, ਇਹ ਤਾਂ ਨੇੜੇ ਹੈ। ਇਹ ਬਣੀ ਇੱਕ ਮਨੁੱਖਤਾ ਦੇ ਪੀਣ ਯੋਗ ਤਾਂ ਵੱਖਰੀ ਗੱਲ ਹੈ, ਡੰਗਰ ਪਸ਼ੂ ਦੇ ਜਾਂ ਕਹਿ ਲਈਏ ਬਾਬਾ ਖੇਤੀ ਦੇ ਵੀ ਯੋਗ ਨਹੀਂ ਹੈਗਾ। ਇਹ ਬਾਬੇ ਨਾਨਕ ਦਾ ਮਰਿਆ, ਇਹ 13 ਰੁਪਈਆਂ ਦੇ ਵਿੱਚ ਲੰਗਰ ਚੱਲਿਆ ਸੀਗਾ, ਲਗਭਗ 13 ਮਹੀਨੇ ਮੋਰਚਾ ਚੱਲਿਆ, ਚਾਹੇ ਉਦੋਂ ਵੀ ਜ਼ਿਆਦਾ ਚੱਲੇ, ਇਹ ਮੋਰਚੇ 'ਚੋਂ ਕੋਈ ਪਿਛੜ ਹਟਣ ਵਾਲਾ ਹੀ ਨਹੀਂ। ਇਹਨਾਂ ਨੂੰ ਇੱਥੇ ਉਜਾੜਾ ਕਰਕੇ ਇਹ ਸਾਰੀ ਖੇਤੀ ਕਿਸਾਨੀ ਨੂੰ ਉਰੋਂ ਉਜਾੜ ਕੇ ਉਰੋਂ ਮਤਲਬ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ। ਜਿਹੜੇ ਇਹ ਕਹਿ ਰਹੇ ਨੇ ਵੀ ਇਹ ਨਕਲੀ ਕਿਸਾਨ ਨੇ, ਇਹਨਾਂ ਦੇ ਝੂਠ ਖਾਣ ਵਾਲੇ ਬੰਦੇ ਨੇ ਇਹ। ਮਲਹੋਤਰਾ ਸਾਹਿਬ ਦਾ ਵੀ ਉਹਦੇ ਉੱਪਰ ਮੇਹਰ ਦਾ ਹੱਥ ਹੈ, ਇਹ ਤਾਂ ਅਜੇ ਥੋੜ੍ਹੇ ਲੋਕ ਨੇ, ਜੇ ਕਿਤੇ ਲੋੜ ਪਈ ਇਹ ਤਾਂ ਮਤਲਬ ਪੋਲੂਸ਼ਨ ਪਾਣੀ ਨੂੰ ਵੀ ਗੰਦੇ ਪਾਣੀ ਨੂੰ ਕਹਿੰਦੇ, ਵਧੀਆ ਪੀਣ ਯੋਗ ਪਾਣੀ ਹੈ। ਉਰੇ ਲੜਾਈ ਝਗੜਾ ਹੋਇਆ, ਡਾਂਗ ਸੋਟਾ ਹੋਇਆ, ਬਟ ਮੌਜੂਦਾ ਸਰਕਾਰ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਆ ਜਾਂ ਵੀ ਇਹ ਉਸ ਤਰੀਕੇ ਨਾਲ ਸਾਥ ਨਹੀਂ ਦੇ ਰਹੀ ਕਿਸਾਨਾਂ ਦਾ? ਐਡੇ ਝੂਠ ਮਾਰੇ ਇਹਨਾਂ ਨੇ, ਕੁਛ ਵੀ ਨਹੀਂ ਦਿੱਤਾ ਕਿਸਾਨਾਂ ਨੂੰ, ਸਾਰੇ ਉਹਨਾਂ ਦੇ ਝੂਠੇ ਵਾਅਦੇ ਨਿਕਲ ਗਏ ਭਗਵੰਤ ਸਿੰਘ ਮਾਨ ਦੇ।